ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ ਅੱਗੇ ਪਿੰਡ ਦੇ ਵਿੱਚ ਪਾਪ ਕੀਤੇ ਤੁਸੀਂ ਵੀ ਗਰੰਟਾ ਗਏ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਤਾਂ ਤੁਹਾਨੂੰ ਪਹਿਲਾਂ ਕਿ ਆਉਂਦੇ ਕਹਿੰਦੇ ਹਾਂ ਵੀ ਜੋ ਗਰੰਟਾ ਆਈਆਂ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਇੱਕ ਨੰਬਰ 'ਤੇ ਕੰਮ ਕੀਤਾ ਸਾਰਾ ਜੇ ਕੋਈ ਮਤਲਬ ਸਾਨੂੰ ਜਿੱਥੇ ਵੀ ਜੇ ਨਹੀਂ ਪਿੰਡ ਦਾ ਗਰੰਟ ਰੁਕੀ ਆ ਨਹੀਂ ਆਉਂਦੀ ਉਹ ਵਾਪਸ ਚਲ ਗਈ ਐਮ ਐਲ ਏ ਸਾਹਿਬ ਆਏ ਸੀ ਉਹਨਾਂ ਨੇ ਉਹਦਾ ਘਰਾਓ ਕੀਤਾ ਘਰਾਓ ਕਰਕੇ ਉਹਨਾਂ ਨੂੰ ਨਹੀਂ ਅੰਦਰ ਅੰਦਰ ਉਦਘਾਟਨ ਕਰ ਦਿੱਤਾ ਸ਼ਿਲਾਂ ਲੱਗੀਆਂ ਸਾਡੀਆਂ ਅਜੇ ਤੱਕ ਨਹੀਂ ਲੱਗੀਆਂ ਨਹੀਂ ਉਹਨਾਂ ਨੇ ਜਿਹੜੇ 20-10 ਲੱਖ ਰੁਪਏ ਵਾਪਸ ਦਿੱਤਾ ਕੁਝ ਮੇਰੇ ਕੋਲ ਪੈਸੇ ਪਏ ਰਹਿ ਗਏ ਵੀ ਗਰੰਟ ਲੱਗਣ ਵਾਲੇ ਨਾਲਾ ਬਲਾਉਣ ਨੂੰ ਮੈਂ ਗਿਆ ਹਾਂ ਨਾਲਾ ਬਲਾਉਣ ਨੂੰ ਦੋਵੇਂ ਘਰਾਂ ਦੇ ਸਹਿਮਤੀ ਨਹੀਂ ਹੋਇਆ ਕੋਈ ਕਹਿੰਦੇ ਜੀ ਅਸੀਂ ਇਹ ਬੰਦਾ ਨਹੀਂ ਬੰਦਣਾ ਸਰਪੰਚ ਨੂੰ ਉੱਥੇ ਕੀ ਕਰਦਾ ਸਰਪੰਚ ਲੜਾਈ ਤਾਂ ਕਦੋਂ ਰਹਿ ਗਿਆ ਮਗਰ ਤੁਸੀਂ ਤਾਂ ਭੁਲਾ ਕਰਦੇ ਪਏ ਨਾ ਜਿਹੜੇ ਇੱਕ ਟਾਈਮ ਬਣਾ ਦਿੱਤਾ ਗੁਰਦੁਆਰਾ ਵੀ ਵਿੱਚ ਜੇ ਟੁੱਟਿਆ ਕੋਈ ਬਣਾਇਆ ਸਕੂਲ ਦੇ ਵਿੱਚ ਵਿੱਚ ਕੀਤਾ ਫਿਰ ਲੋਕ ਇਹ ਕਿਉਂ ਨਾ ਕਰਦੇ ਪਏ ਆ ਗੁਰਦੁਆਰੇ ਦੀ ਗਾਂ ਦੇ ਦੂਜੇ 1 ਲੱਖ ਰੁਪਏ ਆਈ ਸਾਨੂੰ ਉਹਦੇ ਵਿੱਚ ਮੈਂ ਕਿਹਾ 1.5 ਲੱਖ ਵੀ ਹੋਊਗਾ ਲੈਂਟਰ ਤੇ 1.5 ਲੱਖ ਵੀ ਲੱਗ ਗਿਆ ਲਾਵਾਂਗੇ ਪਾਵਾਂਗੇ ਸਕੂਲ 'ਚ ਅਸੀਂ 35-40 ਹਜ਼ਾਰ 50 ਹਜ਼ਾਰ ਲੋਕ ਸਕੂਲ ਚਲਾਈ ਦੋ ਹਸਪਤਾਲ ਬਣਾਏ ਆ ਸੰਚਾਰ ਘਰ 'ਚ ਬਣਾਇਆ ਸਭ ਕੁਝ ਕੀਤਾ ਮੋਟਰ ਲਵਾਈ ਜੋ ਵੀ ਕੀਤਾ ਗਲੀਆਂ ਨਾਲੀਆਂ ਜਿੰਨੀਆਂ ਹੋ ਸਕੀਆਂ ਪੱਕੀਆਂ ਕਰਾਈਆਂ ਬਾਕੀ ਛੱਪੜ ਦਾ ਜੇ ਤੁਸੀਂ ਕਿਤੇ ਪਾਣੀ ਨਿਕਾਸ ਹੋ ਗਈ ਦੋ ਵਾਰ ਮਸ਼ੀਨ ਲਾਈ ਜਾਂ ਪਿੰਡ ਲੈ ਨਹੀਂ ਜਾਏ ਪਾਣੀ ਕੱਢਣਾ ਤੇ ਮੈਂ ਉਹ ਦੋ ਵਾਰ ਰੁਕੀ ਮੈਂ ਮੇਰੇ ਕੋਲ ਮਸ਼ੀਨ ਨਹੀਂ ਲਾਈ ਪਬਲਿਕ ਦੇਖੋ ਸਰਪੰਚ ਬੰਦਾ ਪਬਲਿਕ ਦੀ ਸੇਵਾ ਵਾਸਤੇ ਜੇ ਪਬਲਿਕ ਨਹੀਂ ਹੋ ਸੇਵਾ ਚਾਹੁੰਦੀ ਲੜਾਈ ਤੇ ਸਰਪੰਚ ਨੇ ਕਰਨੀ ਨਹੀਂ ਆ ਸਰਪੰਚ ਜੇ ਜਾਊਗਾ ਵੀ ਚਲੋ ਮਤਲਬ ਜੇ ਕੋਈ ਸਹਿਮਤੀ ਵਾਲਾ ਕੰਮ ਆ ਹਾਂ ਮੈਨੂੰ ਕੋਈ ਇਹ ਬੰਦਾ ਕਹਿ ਦੇਵੇ ਵੀ ਅਸੀਂ ਸਰਪੰਚ ਦੇ ਘਰ ਗਏ ਸਰਪੰਚ ਸਾਡੇ ਨਾਲ ਸਹਿਮਤ ਨਹੀਂ ਸਰਪੰਚ ਨੇ ਸਟੈਂਪ ਲਿਖ ਲਵਾ ਦਿੱਤੀ ਸਰਪੰਚ ਸਾਨੂੰ ਗੱਲ ਨਹੀਂ ਕੀਤੀ ਤੇ ਫਿਰ ਅਸੀਂ ਜੁੰਮੇਵਾਰ ਆ ਮਗਰ ਮੈਂ ਛੋਟੀ ਜਿਹੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਕੋਈ ਜਿਵੇਂ ਤਾਂ ਕੋਈ ਦੇਖੋ 100 ਬੰਦਾ ਹੁੰਦਾ ਜਾਂ ਜਿਵੇਂ 1000 ਬੰਦਾ ਹੁੰਦਾ ਕੋਈ ਜੇ ਸੱਚਾਈ ਬੋਲਦਾ ਮਗਰ ਕਈ ਜੇ ਬੰਦੇ ਹੁੰਦੇ ਆ ਕਿ ਇਹ ਸਰਪੰਚ ਹੈਗਾ ਜੀ ਇਹਨੇ ਆਹ ਕੀਤਾ ਅਜੇ ਇਹਨਾਂ ਨੇ ਜੀ ਨਾਲੇ ਦਾ ਆਇਆ ਸੀ ਗੱਲ ਠੀਕ ਹੈ ਕੋਈ ਰਾਂਡ ਆਈ ਜਾਣ ਦਿੱਤੀ ਮਗਰ ਲੋਕਾਂ ਨੂੰ ਵੀ ਚਾਹੀਦਾ ਜੇ ਸਰਪੰਚ ਸਵੇਰ ਸ਼ਾਮ ਤੱਕ ਲੱਗਾ ਰਹਿੰਦਾ ਧੜ ਪਿੱਛੇ ਕਰ ਦੇਵੇ ਇਹਦੇ ਬਾਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਜੀ ਨਾਲੇ ਦੀ ਗਰਾਂਡ ਆਈ ਆ ਪੰਦਰਾਂ ਵਿੱਚ ਕਿਸੇ ਦੇ ਪੈਸੇ ਹੁੰਦੇ ਆ ਸਾਨੂੰ ਪਾਣੀ ਦੀ ਸਪਲਾਈ ਲਾਉਣ ਵਾਸਤੇ ਉਹ ਜਾ ਸਕਦੇ ਹਾਂ ਉਹ ਤਾਂ ਲੱਗਣਗੇ ਜੇ ਸਾਡੀ ਪਿੰਡ ਦੀ ਸਹਿਮਤੀ ਹੋਊਗੀ ਤੇ ਹਾਂਜੀ ਜਦੋਂ ਪਿੰਡ ਦੀ ਸਹਿਮਤੀ ਨਾਲਾ ਬਣਾਉਣ ਲੱਗਿਆ ਪਿੰਡ ਵਾਲੇ ਦੋ ਘਰ ਵਾਲੇ ਕਹਿੰਦੇ ਮੈਂ ਸੁਣਿਆ ਬੰਦਾ ਦੂਜਾ ਕਹਿੰਦੇ ਐਸ ਬੰਦਾ ਨਹੀਂ ਬਣਦਾ ਤੇ ਪਿੰਡ ਸਰਪੰਚ ਕਿੱਦਾਂ ਬਣਾਉਂਗੇ ਅਸੀਂ ਅਟੈਸਟ ਆਈ ਆ ਮੇਰੇ ਤੋਂ ਬੰਦੇ ਗਵਾਹ ਹੈਗੇ ਆ ਉਹਨਾਂ ਨੇ ਤਾਂ ਵਾਪਸ ਕਾਈਆਂ ਵੀ ਨਹੀਂ ਬਣਦਾ ਉਹ ਤੋਂ ਬਾਅਦ 'ਚ ਮੁੜ ਕੇ ਚਲੋ ਜੀ ਆਉਣ ਚੌਂ ਜਾਵਾ ਲੱਗਿਆ ਹੁਣ ਅਸੀਂ ਕੁਝ ਕਰ ਹੀ ਨਹੀਂ ਸਕਦੇ ਹੁਣ ਕੁਝ ਇਹਨਾਂ ਨੂੰ ਵੋਟਾਂ ਆ ਰਹੀਆਂ 2-4 ਮਹੀਨਿਆਂ ਨੂੰ ਵੋਟਾਂ ਆ ਰਹੀਆਂ ਸਰਪੰਚ ਦੀਆਂ ਤੇ ਮਗਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕਿਵੇਂ ਦੇਖੋ ਜੀ ਅਸੀਂ ਤਾਂ ਮੈਂ ਡੱਗੇ ਸਰਪੰਚ ਆਉਣ ਬੰਨ ਹੋਈ ਵੱਧ ਮੇਰੇ ਤੋਂ ਵੱਧ ਵਿਕਾਸ ਕਰ ਦਿਓ ਪਿੰਡ ਦਾ ਦਸ ਰਾਜੀ ਦਾ ਕੋਈ ਵੀ ਆਵੇ ਸਰਪੰਚ ਜੇ ਪਿੰਡ ਵਾਲੇ ਤੁਹਾਨੂੰ ਹੀ ਜਿਤਾਉਣਾ ਚਾਹਣ ਦੁਬਾਰਾ ਦੇਖੋ ਜੀ ਅਸੀਂ ਦੇ ਕੰਮ ਚਾਹੁੰਦੇ ਨਹੀਂ ਚੁੱਕਦੇ ਜੀ ਕਿਉਂਕਿ ਅਸੀਂ ਇੱਕ ਵਾਰ ਆ ਗਏ ਤੇ ਬਹੁਤ ਵਧੀਆ ਕੰਮ ਕਰ ਲਿਆ ਸਰਦ ਜਲਦੀ ਨੇ ਬਣੇ ਹਾਂ ਪਰ ਪਿੰਡ ਵਾਲੇ ਸਰਦ ਜਲਦੀ ਨਹੀਂ ਮਨਜ਼ੂਰ ਹੋਈ ਤੇ ਆਪਾਂ ਫਿਰ ਉਹ ਜਿੰਨਾ ਕੰਮ ਸਾਡੇ ਕੋਲ ਉਹਨਾਂ ਕੀਤਾ ਜੇ ਸਰਦ ਸਮਤੀ ਰਹਿੰਦੀ ਤੇ ਉਹ ਸਾਡਾ ਪਿੰਡ ਅੱਜ ਤੋਂ 4 ਗੁਣਾ ਵੱਧ ਬਣ ਜਾਂਦਾ ਮਗਰ ਪਿੰਡ ਵਾਲੇ ਕਹਿੰਦੇ ਆ ਸਰਪੰਚ ਜੀ ਜੇ ਕੋਈ ਹਰ ਕੰਮ ਦੇ ਵਿੱਚ ਆਇਆ ਲੋਕਡਾਊਨ ਦੀ ਵੀ ਸਾਡੇ ਨਾਲ ਤੁਰੇ ਆ ਹਰ ਚੀਜ਼ ਕੋਈ ਗੱਲ ਨਹੀਂ ਕਿਉਂ ਨਹੀਂ ਕਹਿੰਦੇ ਲੋਕਡਾਊਨ ਦੇ ਵਿੱਚ ਜੀ ਘਰੋਂ ਰਸਰ ਮੰਡੇ ਆ ਹਾਂਜੀ ਸਾਰੇ ਪਿੰਡ ਨੂੰ ਰਸਰ ਮੰਡਿਆ ਰਿਆ ਘਰ ਘਰ ਜਾ ਕੇ ਕੋਈ ਆ ਕੇ ਨਹੀਂ ਮਿਲਿਆ ਸਾਨੂੰ ਗੱਲ ਕਰੇ ਹਰ ਲੋਕਡਾਊਨ ਦੇ ਵਿੱਚ ਰਸਰ ਵੀ ਮੰਡਿਆ ਵਾ ਭਾਵੇਂ ਸਾਡੇ ਸਰਕਾਰ ਨੇ ਬਾਅਦ 'ਚ ਪੈਸੇ ਦਿੱਤੇ ਆ ਇੱਕ ਵਾਰ ਅਸੀਂ ਕੋਲ ਆ ਕੇ ਪੈਸੇ ਰਸਰ ਮੰਡਿਆ ਵਾ ਮਗਰ ਲੀਡਰ ਜਿਹੜੇ ਕਹਿੰਦੇ ਸੀ ਆਪਾਂ ਲੋਕਡਾਊਨ 'ਚ ਆਪਾਂ ਟਰੱਕ ਭਰ ਕੇ ਭੇਜ ਰਹੇ ਹਾਂ ਰਾਸ਼ਨ ਦਾ ਮਗਰ ਰਾਸ਼ਨ ਲੋਕਾਂ ਦੇ ਘਰ ਤੁਸੀਂ ਆਪ ਜਾ ਕੇ ਲੋਕਾਂ ਦੇ ਘਰ ਦੇ ਗਏ ਘਰ ਘਰ ਜਾ ਕੇ ਮੰਡਿਆ ਜੀ ਟਰਾਲੀ ਤੇ ਮਗਰ ਅੱਜ ਦਾ ਦਿਨ ਵੀ ਲੋਕਾਂ ਨੂੰ ਕੀ ਮੈਸੇਜ ਦਿਓਗੇ ਜੀ ਅੱਜ ਦਾ ਦਿਨ ਮੈਸੇਜ ਕੀ ਦੇਣਾ ਮੈਸੇਜ ਤਾਂ ਅਸੀਂ ਦੇਖੋ ਜੀ ਕੀ ਦੇ ਸਕਦੇ ਆ ਪਬਲਿਕ ਤੇ ਸਾਰੀ ਆਪ ਸਮਝਦਾਰ ਸਿਆਣੀ ਆ ਕੋਈ ਮੈਸੇਜ ਅੱਜ ਕੱਲ੍ਹ ਕਿਸੇ ਦਾ ਨਾ ਕੋਈ ਸਮਝਦਾ ਤੇ ਨਾ ਕੋਈ ਸੁਣਦਾ ਸਾਰੇ ਘਰ ਘਰ ਸਿਆਣੇ ਆ ਕੋਈ ਦੇਖੋ ਅਸੀਂ ਤਾਂ ਕਹਿੰਦੇ ਵੀ ਜੇ ਇਹ ਪਿੰਡ ਦਾ ਸਰਪੰਚ ਬੰਦਾ ਵਾ ਚਲੋ ਸਰਦ ਸਮਤੀ ਦਾ ਵੀ ਬਣ ਗਿਆ ਵਾ ਪਿੰਡ ਸਰਦ ਸਮਤੀ ਦਾ ਰਵੇ ਵਿਕਾਸ ਹੋਵੇ ਪਿੰਡ ਦਾ ਹੁਣ ਜੇ ਕੋਈ ਪੈਸਾ ਪਿੰਡ ਲੱਗ ਜੂਗਾ ਜੇ ਮੈਂ ਲਾਤਾ ਵਾ ਤੇ ਉਹ ਵੀ ਪਿੰਡ ਲੱਗ ਗਿਆ ਜੇ ਨਹੀਂ ਲੱਗਾ ਅੱਜ ਲੜਾਈ ਝਗੜਾ ਪੈ ਗਿਆ ਤਾਂ ਉਹਦੀ ਨੁਕਸਾਨ ਪਿੰਡ ਸਾਡੇ ਦਾ ਜ਼ਿਆਦਾ ਕੋਈ ਕਿਸੇ ਲੀਡਰ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਬੰਦੇ ਦਾ ਨੁਕਸਾਨ ਨਹੀਂ ਹੋਇਆ ਜੇ ਤੁਸੀਂ ਪੈਸੇ ਲਾਏ ਆ ਤੁਹਾਨੂੰ ਪੈਸੇ ਵਾਪਸ ਨਹੀਂ ਮਿਲੇ ਸਰਕਾਰ ਵੱਲੋਂ ਕਿਹੜੇ ਪੈਸੇ ਲਾਏ ਜੇ ਤੁਸੀਂ ਕਹਿੰਦੇ ਮੈਂ ਆਪਣੇ ਕੋਲ ਲਾਏ ਪੈਸੇ ਨਹੀਂ ਕੋਲੋਂ ਕੋਲ ਪੈਸੇ ਲਾਉਂਦਾ ਜੀ ਨਹੀਂ ਜੀ ਗਰਾਂਡਾ ਹੀ ਲਾਉਂਦਾ ਜੀ ਗਰਾਂਡਾ ਹੀ ਲਾਉਂਦਾ ਜੀ ਵਿੱਚੋਂ ਹੀ ਲਾਏ ਲੋਕਡਾਊਨ ਨੂੰ ਜੀ ਜਿਵੇਂ ਕਹਿੰਦੇ ਮੈਂ ਲਾਉਂਦਾ ਜੀ ਕਹਿੰਦੇ ਇੱਕ ਵਾਰ ਸਾਨੂੰ ਪੈਸੇ ਖਰਚਣੇ ਪਏ ਬਾਅਦ ਸਾਡੇ ਪੈਸਾ ਦੇ ਖਾਤੇ 'ਚ ਪਏ ਆ ਪਏ ਆ ਇਹ ਨਹੀਂ ਪਏ ਆਖੀ ਅਸੀਂ ਆਪਣੇ ਕੋਲ ਘਰੋਂ ਲਾਏ ਆ ਘਰੋਂ ਕੋਈ ਨਹੀਂ ਲਾ ਸਕਦਾ ਜੀ ਬਸ ਰੋਲ ਅੱਜ ਅਸੀਂ ਛੋਟਾ ਭਗਣਾ ਪਿੰਡ 'ਚ ਆਏ ਹਾਂ ਤੇ ਲੋਕਾਂ ਨਾਲ ਗੱਲ ਕਰਾਂ ਕਿ ਇਹਨਾਂ ਨੂੰ ਕੀ ਪ੍ਰੋਬਲਮਸ ਹੈ ਤੇ ਸਰਪੰਚ ਨੇ ਕਿੰਨੇ ਕੰਮ ਕਰਾਏ ਆ ਕਿੰਨੇ ਕੁ ਹੋਣ ਵਾਲੇ ਆ ਸਰਪੰਚ ਦਾ ਨਾਮ ਕੀ ਹੈ ਮੈਡਮ ਜੀ ਸ਼ਰਬੀਰ ਸਿੰਘ ਮੇਰਾ ਨਾਮ ਆ ਅੱਜ ਤੋਂ ਮੈਂ 15-20 ਸਾਲ ਤੋਂ ਪਹਿਲਾਂ ਦਾ ਵੇਖਣ ਦਿਆਂ ਵਾਂ ਇਹ ਛਰਪੜ ਜਿੰਨਾ ਵੀ ਹੈਗਾ ਆ ਇਹ ਸਾਰੇ ਦੇ ਵਿੱਚ ਪਾਣੀ ਆ ਘਰਾਂ ਨੂੰ ਚੜ੍ਹ ਆਉਂਦਾ ਜੇ
ਤੇ ਗਲੀ ਦਾ ਨਾਲਾ ਜਿਹੜਾ ਬਣ ਚੁੱਕਾ ਜੇ 3-4 ਵਾਰੀ ਕਾਗਜ਼ਾਂ ਦੇ ਵਿੱਚ ਜਿਹੜਾ ਉੱਥੇ ਨਾਲਾ ਸੀ ਹਾਂਜੀ ਇਥੋਂ 3-4 ਵਾਰੀ ਬਣ ਚੁੱਕਾ ਅਜੇ ਤੱਕ ਕਿਸੇ ਸਰਪੰਚ ਨੇ ਆ ਕੇ ਇਨਕੁਆਇਰੀ ਨਹੀਂ ਕੀਤੀ ਵੀ ਕਾਗਜ਼ਾਂ ਵਿੱਚ 3 ਵਾਰੀ ਬਣ ਗਿਆ ਕਾਗਜ਼ਾਂ ਵਿੱਚ 3 ਵਾਰੀ ਬਣ ਗਿਆ ਮੇਰੀ ਸੰਭਾਲ ਦੇ ਵਿੱਚ ਅੱਛਾ ਪਰ ਇਹ ਆ ਵੀ ਇੱਟ ਆਈ ਇਥੋਂ ਵਾਪਸ ਚੜ ਗਈ ਜੇ ਇਥੋਂ ਕਿਸੇ ਨੇ ਨਾਲੇ ਦੀ ਨੀਂਹ ਚੋਂ ਪਹੁੰਚ ਕੀਤੀ ਜੇ ਮਗਰ ਤੁਸੀਂ ਇੱਕ ਗੱਲ ਕੀਤੀ ਇੱਟਾਂ ਵੀ ਆਈਆਂ ਇੱਟਾਂ ਵਾਪਸ ਚਲੀਆਂ ਨਹੀਂ ਵਾਪਸ ਗਈਆਂ ਜੇ ਇਥੋਂ ਅੱਛਾ ਹਾਂਜੀ ਤੇ ਮਿਸਤਰੀ ਨਹੀਂ ਆਏ ਮਿਸਤਰੀ ਨਹੀਂ ਭੇਜੇ ਮਿਸਤਰੀ ਇਥੋਂ ਘਰਾਂ ਕੱਢ ਗਏ ਅੱਛਾ ਉਹ ਵਾਪਸ ਮੁੜ ਗਏ ਨੇ ਅੱਛਾ ਕਿ ਪਤਾ ਨਹੀਂ ਮਿਸਤਰੀਆਂ ਨੂੰ ਪੈਸੇ ਨਹੀਂ ਦਿੱਤੇ ਗਏ ਅੱਛਾ ਤੇ ਜਾਂ ਕੀ ਗੱਲ ਬਣੀ ਜੇ ਉਹ ਮਿਸਤਰੀ ਵੀ ਤੁਹਾਡਾ ਜਿਹੜਾ ਸਰਪੰਚ ਦਾ ਨਾਂ ਕੀ ਹੈ ਹਾਂਜੀ ਸਰਪੰਚ ਦਾ ਨਾਂ ਕੀ ਹੈ ਇਸ ਵੇਲੇ ਉਹ ਪੱਪੂ ਜੀ ਨੂੰ ਸਰਪੰਚ ਕਹਿੰਦੇ ਜੇ ਅੱਛਾ ਬਲੀ ਪੂਰਾ ਨਾਮ ਤੇ ਜਿਹੜਾ ਪਹਿਲਾਂ ਹੀ ਤਲਬੀਰ ਸਿੰਘ ਸਰਪੰਚ ਸੀ ਹਾਂਜੀ ਤੇ ਉਸ ਤੋਂ ਬਾਅਦ ਚ ਬੂਰਾ ਸਿੰਘ ਸਰਪੰਚ ਸੀ ਉਸ ਤੋਂ ਪਹਿਲਾਂ ਹਾਂਜੀ ਹਾਂਜੀ ਇੱਕ ਜਿੰਦਰ ਸਿੰਘ ਸਰਪੰਚ ਸੀ ਉਹਨਾਂ ਦੇ ਸਰਪੰਚੀ ਦੇ ਬਾਵਜੂਦ ਆ ਵੇਖ ਲਓ ਵੀ ਸਾਰਾ ਜਿਵੇਂ ਇਹਨਾਂ ਨੂੰ ਗ੍ਰਾਂਟਾਂ ਮਿਲਦੀਆਂ ਜਿਵੇਂ ਇਹਨਾਂ ਨੂੰ ਪਤਾ ਵੀ ਸਰਕਾਰ ਹੁਣ ਆਮ ਆਦਮੀ ਆਈ ਹੋਈ ਹੈ ਉਹਨਾਂ ਇਹਨਾਂ ਦਾ ਕਤਾਲਾ ਦੇ ਕੰਮ ਹੋਣਾ ਚਾਹੀਦਾ ਸਰ ਜੀ ਆਮ ਆਦਮੀ ਪਾਰਟੀ ਨੇ ਵੀ ਸਾਡੇ ਨਾਲ ਵਧੀਆ ਕੀਤਾ ਵਾ ਅੱਛਾ ਝਾੜੂ ਕਹਿੰਦੇ ਮਾਰ ਦਿਆਂਗੇ ਝਾੜੂ ਵਾਕੇ ਨਾ ਮਾਰਦਾ ਅੱਛਾ ਨਸ਼ੇ ਪ੍ਰਤੀ ਵੀ ਕਹਿੰਦੇ ਝਾੜੂ ਮਾਰਨਾ ਪਿੰਡਾਂ ਵਿੱਚ ਜਵਾਨ ਸਾਰੇ ਇੱਕ ਟੀਕੇ ਲਾ ਲਾ ਮਰਨਾ ਹਾਂਜੀ ਕਿਸੇ ਨਾਲ ਕੋਈ ਸਰਕਾਰ ਨੇ ਆਗੇ ਨੇ ਹਮਾਇਤ ਕੀਤੀ ਸਾਡੀ ਮਗਰ ਇੱਕ ਗੱਲ ਨਿੱਕੀ ਪੁੱਛਣਾ ਛੋਟੀ ਜਿਹੀ ਗੱਲ ਤੁਸੀਂ ਅੱਜ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਮੈਸੇਜ ਇਹੋ ਦੇਣਾ ਚਾਹੁੰਦੇ ਹਾਂ ਵੀ ਭਗਵੰਤ ਮਾਨ ਜੀ ਤਾਂ ਕਹਿੰਦੇ ਨੇ ਝਾੜੂ ਮਾਰ ਦਿਆਂਗੇ ਤੇ ਵਾਕਈ ਉਹਨਾਂ ਝਾੜੂ ਮਾਰਦਾ ਜੇ ਝਾੜੂ ਮਾਰ ਕੇ ਜਿੰਨਾ ਪਾ ਆਉਂਦਾ ਉਹਨਾਂ ਦੀ ਨਸ਼ਾ ਪਤੀ ਉਹ ਸਾਰਾ ਉਹਨਾਂ ਅੱਜ ਪੰਜਾਬ 'ਚ ਲਾ ਕੇ ਢੇਰੀ ਕਰਦਾ ਜੀ ਸਰਪੰਚ ਨੇ ਕੀ ਕੰਮ ਕਰਵਾਏ ਵੈਸੇ ਸਰਪੰਚ ਨੇ ਜਿਹੜੇ ਕੰਮ ਕਰਾਏ ਜੇ ਪਹਿਲਾ ਨੰਬਰ ਤੇ ਧਰਮਾ ਉਹ ਬਾਰ ਬਾਰ ਲਾਈ ਨਾ ਵਿਚਾਰੇ ਡਿੱਗਦੇ ਜਾਂਦੇ ਜੇ ਸੜਕ ਦੇ ਅਜੇ ਤੱਕ ਉਹ ਪੈ ਨੀ ਜੋ ਬਣਿਆ ਨਾ ਆਹ ਨਾਲਾ ਬਣਿਆ ਜੇ ਉਹ ਤੋਂ ਗੜੀ ਇਹਦਾ ਵਿਕਾਸ ਸਰਪੰਚ ਨੂੰ ਚਾਹੀਦਾ ਸੀ ਬਾਰ ਬਾਰ ਚਾਹੀਦਾ ਉਹ ਵੀ ਨੀ ਜੋ ਬਣਿਆ ਵੇਖੋ ਸਾਡੇ ਘਰਾਂ ਚ ਪਾਣੀ ਆਇਆ ਸਾਡੇ ਘਰਾਂ ਦਾ ਪਾਣੀ ਆ ਵੇਖ ਲਓ ਵੀ ਤੁਹਾਡੇ ਸਾਹਮਣੇ ਆ ਅਸੀਂ ਤਾਂ ਜਾਣੀ ਕਿ ਝੂਠ ਤੇ ਕੋਈ ਮਾਰਾਂਗੇ ਨਹੀਂ ਤੇ ਕੱਲ ਨੂੰ ਕੋਈ ਸਾਨੂੰ ਆ ਕੇ ਪੁੱਛਦਾ ਵੀ ਤੁਸੀਂ ਦੱਸੋ ਇੱਧਰ ਓਕੇ ਇੱਧਰ ਚਲ ਹਾਂਜੀ ਤੁਹਾਡਾ ਨਾਮ ਕੀ ਜੀ ਹਾਂਜੀ ਤੁਹਾਨੂੰ ਕੀ ਮੁਸ਼ਕਿਲ ਆ ਰਹੀ ਹੈ ਸਾਨੂੰ ਮੁਸ਼ਕਿਲ ਇਹੋ ਸਾਡੇ ਘਰ ਥਾਣੀ ਵੇ ਪਾਣੀ ਆਉਣ ਡਿਆ ਨਾਲੇ ਥਾਣੀ ਸਾਡਾ ਨਾਲਾ ਬੰਦਾ ਨਹੀਂ ਆ ਕਈ ਗਰਾਂਡਾ ਖਾ ਲੀਆਂ ਤੇ ਕਈ ਆ ਗਈਆਂ ਤੇ ਕਈ ਚਲ ਗਈਆਂ ਇੱਟਾਂ ਵੀ ਮੁੜ ਗਈਆਂ ਆ ਹੈ ਕਈ ਸਰਪੰਚ ਬਣ ਗਏ ਆ ਤੇ ਕਈ ਮੈਂ ਕਿ ਸਰਪੰਚ ਨੇ ਕੋਈ ਕੰਮ ਨਹੀਂ ਕਰਾਇਆ ਕੋਈ ਕੰਮ ਨਹੀਂ ਸਾਡਾ ਕੋਈ ਨਾਲਾ ਹੀ ਨਹੀਂ ਬਣਾਇਆ ਹੁਣ ਤੇ ਵੋਟਾਂ ਫੇਰ ਆ ਰਹੀਆਂ ਸਰਪੰਚ ਫੇਰ ਆ ਗਈਆਂ ਤੇ ਫੇਰ ਵੋਟਾਂ ਪਾਵਾਂਗੇ ਵੋਟਾਂ ਪਵਾ ਲਿੰਦੇ ਆ ਤੁਹਾਡਾ ਨਾਲਾ ਬਣ ਜੂਗਾ ਤੁਹਾਡੀ ਗਲੀ ਬਣ ਜੂਗੀ ਆ ਵੇਖੋ ਕੀ ਸਾਡੇ ਹਾਲਾਤ ਆ ਆ ਡੁੱਬਣ ਵਾਲਾ ਸਾਡਾ ਹਿਸਾਬ ਹੋਇਆ ਹੈ ਉਹ ਸਰਪੰਚ ਤੁਸੀਂ ਆਪਣਾ ਨੰਬਰ ਦੇ ਕੇ ਜਦੋਂ ਮੀਂਹ ਪਵੇਗਾ ਫਿਰ ਮਿਲਾਵਾਂਗੇ ਹਾਂਜੀ ਹਾਂਜੀ ਸਾਨੂੰ ਇਹੋ ਮੁਸ਼ਕਲ ਹੈ ਕਿ ਸਾਡੇ ਘਰ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਦੇਖੋ ਜੀ ਸਰਪੰਚ ਹੈਗੇ ਆ ਜਿਹੜੇ ਕਹਿੰਦੇ ਆ ਵੀ 5 ਸਾਲ ਹੋ ਗਏ ਤੁਹਾਡੇ ਕੋਲ ਸਰਪੰਚ ਹੈਗੇ 5 ਸਾਲਾਂ ਨੂੰ ਕੁਝ ਨਹੀਂ ਸਵਾਰਿਆ ਤੁਹਾਡਾ ਨਾ ਸਾਡਾ ਕੋਈ ਸਵਾਰਿਆ ਨਹੀਂ ਆ ਰੋਲ ਹਾਂ ਭਾਜੀ ਦਾ ਕਿਹੜਾ ਗੁਰਦੁਆਰੇ ਦੇਖੋ ਕਹਿੰਦੇ ਗੁਰਦੁਆਰੇ 'ਚ ਪਾਣੀ ਕਿੰਨਾ ਚੜ ਜਾਂਦਾ ਵੈ ਤੇ ਸਰਪੰਚ ਕੋਈ ਕੰਮ ਹੀ ਨਹੀਂ ਕਰਦੇ ਨਾਲਾ ਦੇਖੋ ਨਾਲਾ ਦੇ ਕਾਗਜ਼ਾਂ 'ਚ 3 ਵਾਰੀ ਬਣ ਚੁੱਕਿਆ ਹੈ ਕੋਈ ਛੱਪੜ ਦਾ ਇੰਨਾ ਬੁਰਾ ਹਾਲ ਹੈ ਫਿਰ ਜਿੰਨਾ ਵੀ ਪਾਣੀ ਆਉਂਦਾ ਸਾਰਾ ਰਿੜ ਕੇ ਇਧਰੋਂ ਵੀ ਇੱਥੋਂ ਆਣ ਕੇ ਨਾਲੀ 'ਚ ਪੜਾ ਜੀ ਨਾਲੇ ਵੀ ਸਾਫ ਹੋਏ ਤੁਸੀਂ ਨਾਲੇ ਵੀ ਹੈ ਕਿੰਨੇ ਗੰਦੇ ਨਾਲੇ ਹੈਗੇ ਆ ਜਿਹੜੇ ਬੱਚੇ ਵੀ ਦੇਖੋ ਜੀ ਬੋਰ ਵਿੱਚ ਆਉਂਦੇ ਜਾਂਦੇ ਆ ਮਗਰ ਨਾਲੇ ਸਾਫ ਨਹੀਂ ਕਰਾਏ ਗਏ ਮਗਰ ਤੁਸੀਂ ਖੁਦ ਵੇਖਦੇ ਪਏ ਹੋ